ਸੋ ਇਸ ਵਕਤ ਜੇਕਰ ਅਸੀਂ ਮਾਹੌਲ ਦੀ ਗੱਲ ਕਰ ਲਈਏ ਤਾਂ ਬੈਠਕ ਦੇ ਅੰਦਰਲਾ ਮਾਹੌਲ ਹੈ ਕਾਫੀ ਗਰਮਾਇਆ ਹੋਇਆ ਹੈ। ਜੇਕਰ ਬਾਹਰ ਦੇ ਮਾਹੌਲ ਦੀ ਗੱਲ ਕਰ ਲਈਏ ਤਾਂ ਬਾਹਰ ਦਾ ਮਾਹੌਲ ਹੈ ਜੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਮੌਸਮ 'ਚ ਵੱਡੀ ਤਬਦੀਲੀ ਹੈ। ਇੱਕ ਪਾਸੇ ਬਾਰਿਸ਼ ਹੋ ਰਹੀ ਹੈ ਜੋ ਬਾਹਰ ਹੈ, ਪਰ ਦੂਜੇ ਪਾਸੇ ਬੇਸ਼ੱਕ ਬਾਰਿਸ਼ ਕਰਕੇ ਠੰਡ ਵਧਦੀ ਹੋਈ ਨਜ਼ਰ ਆ ਰਹੀ ਹੈ, ਲੇਕਿਨ ਜੋ ਅੰਦਰ ਮੀਟਿੰਗ ਦਾ ਮਾਹੌਲ ਹੈ ਉਹ ਗਰਮਾ ਚੁੱਕਿਆ ਆ ਇਸ ਵਕਤ, ਕਿ ਅੰਦਰ ਤਲਖੀ ਹੋ ਰਹੀ ਹੈ। ਤਲਖੀ ਕਿਤੇ ਨਾ ਕਿਤੇ ਵਿਚਾਰਾਂ ਦੀ ਕਹਿ ਦਈਏ ਜਾਂ ਜੋ ਇਸ ਵਕਤ ਵਿਚਾਰ ਚਰਚਾ ਚੱਲ ਰਹੀ ਹੈ ਉਸ ਦੌਰਾਨ ਜੋ ਤਲਖੀ ਕਿਸਾਨ ਆਗੂਆਂ ਤੇ ਸਰਕਾਰ ਦੇ ਵਿਚਾਲੇ ਆ। ਸਰਕਾਰੀ ਮੰਤਰੀਆਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਸਰਕਾਰੀ ਮੰਤਰੀਆਂ ਦਾ ਕਹਿਣਾ ਆ ਕਿ ਉਹ ਸਿਰਫ ਇਸ ਵਕਤ ਡਟੇ ਹੋਏ ਨੇ, ਜੋ ਬਿੱਲ ਰੱਦ ਨਹੀਂ ਹੋਣਗੇ ਉਹਨਾਂ ਦਾ ਕਹਿਣਾ ਆ। ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾ ਰਹੇ ਹਾਂ, ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ, ਜਿੱਥੇ ਬੈਠਕ ਚੱਲ ਰਹੀ ਹੈ ਅਤੇ ਕਿਸਾਨਾਂ ਦੀ ਜੇਕਰ ਗੱਲ ਦੀ ਕਰ ਲਈਏ, ਜੋ ਗੱਲ ਬਣਦੀ ਸੀ ਉਹ ਨਜ਼ਰ ਨਹੀਂ ਆ ਰਹੀ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਸਰਕਾਰ ਦਾ ਕਹਿਣਾ ਹੈ। ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਤੇ ਨਾ ਕਿਤੇ ਪਹਿਲਾਂ ਸਰਕਾਰ ਜੋ ਢਿੱਲੀ ਪੈਂਦੀ ਨਜ਼ਰ ਆਈ 30 ਤਰੀਕ ਨੂੰ ਜੋ ਬੈਠਕ ਸੀ ਉਸ ਦੌਰਾਨ, ਇਹ ਦੇਖਣ ਨੂੰ ਮਿਲਿਆ ਕਿ ਸਰਕਾਰ ਅਤੇ ਕਿਸਾਨ, ਸਰਕਾਰੀ ਮੰਤਰੀ ਅਤੇ ਕਿਸਾਨ ਆਗੂ ਇਕੱਠੇ ਲੰਗਰ ਛਕਦੇ ਨੇ। ਉਹ ਲੰਗਰ ਛਕਦੇ ਨੇ ਜੋ ਕਿਸਾਨ ਆਗੂ ਲੈ ਕੇ ਆਏ ਨੇ, ਪਰ ਅੱਜ ਇੱਕ ਤਸਵੀਰ ਹੈ ਜਿਸ ਵਿੱਚ ਕਿਸਾਨ ਖੁਦ ਲੰਗਰ ਛਕਦੇ ਨਜ਼ਰ ਆ ਰਹੇ ਨੇ, ਹੋਰ ਕੋਈ ਵੀ ਨਹੀਂ ਹੈ। ਯਾਨੀ ਕਿ ਸਰਕਾਰੀ ਮੰਤਰੀ ਇਸ ਵਿੱਚ ਲੰਗਰ ਛਕਦੇ ਹੋਏ ਨਜ਼ਰ ਨਹੀਂ ਆ ਰਹੇ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਹ ਅੰਦਰ ਦੀਆਂ ਤਸਵੀਰਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਅਤੇ ਇਸ ਦੌਰਾਨ ਇਹ ਵੀ ਦੱਸ ਦਈਏ ਕਿ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਜੇਕਰ ਤੁਸੀਂ MSP 'ਤੇ ਚਰਚਾ ਕਰਨੀ ਹੈ ਤਾਂ MSP 'ਤੇ ਲੈ ਕੇ ਗੱਲਬਾਤ ਹੋ ਸਕਦੀ ਹੈ। ਲੇਕਿਨ ਇਸ ਦੌਰਾਨ ਜੋ ਜੇ ਅਸੀਂ ਗੱਲ ਕਰ ਲਈਏ, ਇਸ ਦੌਰਾਨ ਜੋ ਦੇਖਣ ਨੂੰ ਮਿਲਿਆ, ਬਲਬੀਰ ਸਿੰਘ ਰਾਜੇਵਾਲ ਕਾਫੀ ਗੁੱਸੇ ਵਿੱਚ ਨਜ਼ਰ ਆਏ, ਅਗਰੈਸਿਵ ਨਜ਼ਰ ਆਏ, ਅਤੇ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਖੇਤੀ ਕਾਨੂੰਨ ਰੱਦ ਕਰਨ 'ਤੇ ਚਰਚਾ ਕੀਤੀ ਜਾਵੇਗੀ, ਹੋਰ ਕਿਸੇ ਚੀਜ਼ 'ਤੇ ਚਰਚਾ ਨਹੀਂ ਕੀਤੀ ਜਾਵੇਗੀ। ਲੰਗਰ ਦੀ ਗੱਲ ਕਰਦੇ ਸੀ, ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸਾਨ ਆਗੂ ਨੇ, ਗੁਰਨਾਮ ਸਿੰਘ ਚੜੂਨੀ ਨੇ ਜੋ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਨੇ, ਸਿਰਫ ਕਿਸਾਨ ਆਗੂ ਨੇ, ਜੋ ਤੁਸੀਂ ਦੇਖ ਸਕਦੇ ਹੋ ਕਿ ਬਲਵੰਤ ਸਿੰਘ ਬਹਿਰਾਮ ਕੇ ਉਹ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਨੇ, ਅਤੇ ਸਿਰਫ ਕਿਸਾਨ ਆਗੂ ਨੇ ਜੋ ਲੰਗਰ ਛਕ ਰਹੇ ਨੇ। ਹੋਰ ਵੀ ਯਾਨੀ ਕਿ ਸਰਕਾਰੀ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਮੰਤਰੀ ਇਸ ਜੋ ਪੰਗਤ ਅਸੀਂ ਕਹਿ ਸਕਦੇ ਹਾਂ ਜਾਂ ਜੋ ਲੰਗਰ ਛਕਿਆ ਜਾ ਰਿਹਾ ਉਸ ਦੇ ਵਿੱਚ ਸ਼ਾਮਿਲ ਨਹੀਂ ਹੈਗੇ। ਕਿਤੇ ਨਾ ਕਿਤੇ ਇਹ ਗੱਲ ਕੀਤੀ ਜਾ ਸਕਦੀ ਹੈ, ਗੱਲ ਕਹੀ ਜਾ ਸਕਦੀ ਹੈ ਕਿ ਸਰਕਾਰ ਪਿਛਲੀ ਵਾਰ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਕਰਕੇ ਨਾਲ ਲੰਗਰ ਛਕਿਆ ਜਾ ਰਿਹਾ ਸੀ, ਪਰ ਇਸ ਵਾਰ ਜੋ ਸਰਕਾਰ ਹੈ ਉਹ ਆਪਣਾ ਹੀ ਜਿਹੜਾ ਕਿ ਜੋ ਪਕਵਾਨ ਨੇ ਉਹ ਛਕ ਰਹੀ ਹੈ। ਸੋ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਅੰਦਰੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਪਰ ਇਸ ਦੌਰਾਨ ਜੋ ਵੱਡੀ ਗੱਲ ਹੈ ਕਿ ਮੀਟਿੰਗ ਦੂਜੇ ਗੇਟ ਦੀ ਬੈਠਕ ਦੁਬਾਰਾ ਸ਼ੁਰੂ ਹੋ ਚੁੱਕੀ ਹੈ, ਅਤੇ ਉਸ ਦੌਰਾਨ ਇੱਕ ਚੀਜ਼, ਇੱਕ ਵਾਇਸ ਨੋਟ ਆਉਂਦਾ ਆ ਜਿਹੜਾ ਕਿ ਸਵਰਨ ਸਿੰਘ ਪੰਦੇਰ ਉਹਨਾਂ ਦਾ ਵਾਇਸ ਨੋਟ ਆਉਂਦਾ ਆ, ਉਹ ਤੁਹਾਨੂੰ ਸੁਣਾਉਂਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ ਵਾਇਸ ਨੋਟ ਦੇ ਜ਼ਰੀਏ। मीटिंग में कुछ भी नहीं है भाई साहब, जहां पर बात खड़ी वहां पर ही खड़ी है। सो मीटिंग दे विच कुछ भी नहीं है, जो दोबारा मीटिंग शुरू हुई है ਦੇ ਵਿੱਚ ਕੁਝ ਵੀ ਨਿਕਲ ਕੇ ਨਵਾਂ ਸਾਹਮਣੇ ਨਹੀਂ ਆ ਰਿਹਾ। ਬੇਸ਼ੱਕ ਉਮੀਦ ਕੀਤੀ ਜਾ ਰਹੀ ਸੀ ਕਿ ਜੇਕਰ 20% ਜਿੱਤ ਹੋਈ ਤਾਂ ਅੱਜ ਹੋ ਸਕਦਾ ਉਹ ਜਿੱਤ ਦੇ ਵਿੱਚ ਹੋਰ ਵਾਧਾ ਹੋ ਜਾਂਦਾ, ਹੋ ਸਕਦਾ ਜਿੱਤ 40% ਜਾਂ 50% ਹੋ ਜਾਂਦੀ, ਲੇਕਿਨ ਉਸ ਦੇ ਵਿੱਚ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ। ਅਤੇ ਪਰ ਜੋ ਬੈਠਕ ਜਿੱਥੇ ਖੜੀ ਹੈ, ਯਾਨੀ ਗੱਲਬਾਤ ਜਿੱਥੇ ਖੜੀ ਹੈ ਉੱਥੇ ਹੀ ਖੜੀ ਹੈ ਕਿਹਾ ਜਾ ਰਿਹਾ। ਇੱਕ ਵਾਰ ਫਿਰ ਤੁਹਾਨੂੰ ਉਹ ਆਡੀਓ ਸੁਣਾ ਦਿੰਦੇ ਹਾਂ ਸਵਰਨ ਸਿੰਘ ਪੰਧੇਰ ਦਾ, ਜੋ ਇਸ ਚੱਲਦੀ ਹੋਈ ਮੀਟਿੰਗ ਦੇ ਵਿੱਚੋਂ ਬਾਹਰ ਸੁਨੇਹਾ ਆਇਆ ਕਿ ਬੈਠਕ ਦੇ ਵਿੱਚ ਕੀ ਹੋ ਰਿਹਾ ਆ। ਮੀਟਿੰਗ ਮੈਂ ਕੁਛ ਵੀ ਨਹੀਂ ਹੈ ਭਾਈ ਸਾਹਿਬ, ਜਹਾਂ ਪਰ ਗੱਲਬਾਤ ਖੜੀ ਵਹਾਂ ਪਰ ਹੀ ਖੜੀ ਹੈ। ਸੋ ਜਿੱਥੇ ਗੱਲ ਖੜੀ ਹੈ ਉੱਥੇ ਹੀ ਖੜੀ ਹੈ, ਕੋਈ ਨਵੀਂ ਗੱਲ ਮੀਟਿੰਗ ਦੇ ਵਿੱਚ ਨਹੀਂ ਹੋ ਰਹੀ ਹੈ ਕਹਿਣਾ ਆ। ਪਰ ਜਦੋਂ ਗੱਲ ਹੁੰਦੀ ਸੀ ਕਿ ਅੱਜ ਹੋ ਸਕਦਾ ਆ, ਅੱਜ ਸਹਿਮਤੀ ਬਣ ਜਾਂਦੀ, ਹੋ ਸਕਦਾ ਆ ਕੋਈ ਅਜਿਹਾ ਰਾਹ, ਕੋਈ ਚੰਗਾ ਸੰਕੇਤ ਲੱਭਿਆ ਜਾਂਦਾ, ਅਜਿਹਾ ਰਾਹ ਲੱਭਿਆ ਜਾਂਦਾ ਜਿਹਦੇ ਵਿੱਚੋਂ ਅਪੀਲ ਕੀਤੇ ਜਾ ਸਕਦੇ, ਕਾਨੂੰਨ ਰੱਦ ਹੋ ਸਕਦੇ, ਲੇਕਿਨ ਸਰਕਾਰ ਨੇ ਸਾਫ਼ ਕਰ ਦਿੱਤਾ, ਸਾਫ਼ ਕਹਿ ਦਿੱਤਾ, ਦੁਬਾਰਾ ਦੁਹਰਾਇਆ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, MSP 'ਤੇ ਗੱਲ ਕੀਤੀ ਜਾ ਸਕਦੀ ਹੈ, MSP ਲਿਖਤੀ ਰੂਪ ਦੇ ਵਿੱਚ ਦੇਣ ਦੀ ਵੀ ਗੱਲ ਕਰ ਸਕਦੇ ਨੇ, ਲੇਕਿਨ MSP ਲਿਖਤੀ ਰੂਪ ਦੇ ਵਿੱਚ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ MSP ਤਾਂ ਪਹਿਲਾਂ ਵੀ ਹੈ, ਲੇਕਿਨ ਖਰੀਦ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਜੋ ਵੱਡੀ ਗੱਲ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਦੌਰਾਨ ਇੱਕ ਤਸਵੀਰ ਹੋਰ ਵੀ ਸਾਹਮਣੇ ਆਈ ਹੈ ਕਿ ਸੋਮ ਪ੍ਰਕਾਸ਼ ਹੱਥ ਜੋੜਦੇ ਹੋਏ ਨਜ਼ਰ ਆ ਰਹੇ ਨੇ, ਇਹ ਗੱਲ ਸਾਹਮਣੇ ਆਈ ਹੈ ਕਿ ਕਿਸਾਨ ਆਗੂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਮੰਨ ਜਾਣ ਜੋ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਜਾ ਰਹੀ, ਜੋ ਆਫਰ ਦਿੱਤੇ ਜਾ ਰਹੇ ਨੇ। ਫਿਲਹਾਲ ਅਸੀਂ ਕਹਿ ਦਈਏ ਕਿ ਤਕਰੀਬਨ 3 ਘੰਟੇ ਹੋ ਚੁੱਕੇ ਆ ਮੀਟਿੰਗ ਨੂੰ, ਅਤੇ ਇਸ ਮੀਟਿੰਗ ਜਿਹੜੀ ਕਿ ਹਜੇ ਤੱਕ ਬੇਸਿੱਟਾ ਰਹੀ ਹੈ, ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ। ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾਉਂਦੇ ਹਾਂ, ਜਿਸ ਵਿੱਚ ਬੈਠਕ ਜਿਹੜੀ ਕਿ ਚੱਲ ਰਹੀ ਹੈ, ਤਾਂ ਕਿਸਾਨਾਂ ਦੀ ਇਸ ਬੈਠਕ ਦੌਰਾਨ, ਕਿਸਾਨਾਂ ਅਤੇ ਕੇਂਦਰ ਦੀ ਇਸ ਬੈਠਕ ਦੌਰਾਨ ਕੋਈ ਵੀ ਨਤੀਜਾ, ਠੋਸ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ, ਜਿਸ ਵਿੱਚ ਇਹ ਕਿਹਾ ਜਾ ਸਕੇ ਕਿ
कोई ना कोई हल जरूर निकलेगा। असी जेकर गल कर लिए किसानों की इस बैठक के माहौल की, तो माहौल काफ़ी गरमाया होया, काफ़ी सरगर्म है माहौल, पर स्थिति की है इस वक्त, किस तरीके दे नाल अगे मूवमेंट चलेगी, किस तरीके दे नाल किसानी संघर्ष चलेगा, देखने वाली चीज़ है। तस्वीर तुहानू विज्ञान भवन दी दिखा रहे हैं। सो वड्डी चीज़ यह है कि इस वक्त अंदरों की अंदर की हो रहा है, क्योंकि एम एस पी ते गल हुंदी है, एम एस पी ते पहला भी कहा जाता है, एम एस पी तुहानू गरंटी दे दिंदे आ, पर एम एस पी ते किसान जिहड़ा कि सहमत नहीं हुंदे, संतुष्ट नहीं हुंदे। पर वड्डी गल है कि इस वक्त किसान जो कहिंदे ने कि असीं खेती कानून रद्द कराउणे, रिपील कराउणे ने, तां उह किस तरीके दे नाल, जेकर किसानां दी गलबात अंदर हो रही है, तकरीबन 3 घंटे इस बैठक नूं हो गए, तां अंदर की विचार चर्चा हो रही है, जेकर पेज फसिया होया आ तो कि गल से फसया हो, कलोज टू कलोज गल करन दी लई कहा जा रहा है। वार वार जो असी गल कर लिए कि ताणा उलझाउण की कोशिश की जा रही, तंदा उलझाउण की कोशिश की जा रही है। सो असी इस वक्त तुहानू दस दिए कि हुणे हुणे एक जिहड़ी खबर सामने आ रही है, उगराहां जो किसान एकता उगराहां दे प्रधान ने, उन्होंने एक वड्डा बयान दिता है कि गल उत्थे ही खड़ी है जिथों शुरू हुई सी, सरकार दा रवैया अजे भी अड़ियल है। उगराहां ने कहा कि जिन्हां खेतीबाड़ी मंत्री नूं कह के भेजा जांदा है, वह 19 मीटिंग से गल करते हैं। उन्होंने कहना है कि जो उन्होंने आगू ने जां उन्होंने उपर जो बैठे ने, जिनी गल करते करके भेजते हैं, तो खेतीबाड़ी मंत्री नरेंद्र तोमर उन्नी ही गल करते हैं। सो एक वड्डा बयान असी जोगिंद्र सिंह उगराहां का कह सकते हैं, चलती हुई मीटिंग के लाइव होकर उन्होंने गल्लां कहियां ने। तो फिलहाल जे सरकार गल नूं किसे किनारे लाउण दी गल ते अपना पक्ष नहीं रख रही, फिर तो उही पुरानियां गल्लां कि कानून बहुत वधिया ने, देश के लोग इस नूं गुमराह, इस नूं जिहड़ा कि सीधा राह मन रहे ने, सीधा राह है देश के कानून, देश के लोगों के लिए। सो यह भी कहा जा रहा है कि जो उगराहां, जे जोगिंद्र सिंह उगराहां की गल कर ली, तो एक वड्डा बयान असीं कह सकते हैं कि कानून उन्हें वार वार सरकार दोहरा रही, एक बहुत वधिया कानून ने। तो इस वक्त असीं जेकर इन्हां कानूनां की गल कर लीए तो सरकार मनदी हुई नज़र नहीं आ रही, जेकर इन्हां बयानां की गल कर लीए तो हुण देखना यह है कि की निकल के सामने आता है। लगातार जो बयानबाजी हो रही है, उस बयानबाजी के विचों जिमें कि जोगिंद्र सिंह उगराहां ने यह गल कही कि किमें जिहड़ा कि सरकार उलझाउण की कोशिश कर रही है, जिथे गल खड़ी है वार वार उही गल्लां छेड़ रही है, जिन्हां ते जिन्हां मुद्दे ते गलबात हो चुकी है, वार वार उन्हां मुद्दे ते गलबात की जा रही है। सरकार सिर्फ उलझाउण की नीति जिहड़ी कि अपना रही है, उलझाउण की कोशिश कर रही है। सो किसान आगूआं की गल कर लईए तो किसान आगूआं की इस वक्त तलखी देखने मिली। बेशक किसान आगूआं का कहना सी कि मीटिंग की शुरुआत तो पहला, सब तो पहला असी सिर्फ जो इस संघर्ष दौरान जिन्हां की मौत हुई, जिन्हां की जान गई है, उन्होंने श्रद्धांजलि दवावांगे, तो इस दे दौरान संघर्ष दौरान श्रद्धांजलि दी जाती है। बेशक मंत्री भी नाल खड़े होंदे, तस्वीरां तुहानूं एक बार फिर दिखा दिंदे आ। इह तस्वीरां तुसीं देख सकते हो कि एक पासे सरकार दे मंत्री खड़े ने, दूजे पासे जो किसान आगू ने वह खड़े ने, जो श्रद्धांजलि दी जा रही है। ये तस्वीरां अंदर दियां ने, तुसीं देख सकते हो नरेंद्र तोमर, पीयूष गोयल, सोम प्रकाश जो खड़े हो के श्रद्धांजलि दे रहे हैं, किसान आगू भी नाल ने। उस तो बाद मीटिंग शुरू होंदी है, तो यह कहा जाता है मीटिंग दौरान कि खेती कानून रद्द नहीं होणगे, एम एस पी ते गल कर सकते हो, एम एस पी तुहानू लिखती रूप दे विच गरंटी भी दे सकते हैं, लेकिन किसान आगू सहमत नहीं होंदे, तो ये तलखी हो जाती है। इस दे विच कितें ना कितें जेकर गल की जाए तो बलबीर सिंह राजेवाल गलबात कर रहे हैं, तो काफ़ी अग्रैसिव नज़र आ रहे हैं। उन्होंने कहना आ कि सानू खेती कानून रद्द चाहिए ने, किस तरीके दे ना खेती कानून रद्द होणगे उन्हां बारे दस्या जाए, उन्हां ते चर्चा की जाए, ना कि पाठ पढ़ाया जाए समझो समझाउण दा। जेकर जोगिंद्र सिंह उगराहां की गल कर लिए तो जोगिंद्र सिंह उगराहां का बयान भी आया, बड़ा अग्रैसिव बयान असीं कह सकते हैं, बयान आउंदा आ कि वार वार पाठ पढ़ाया जा रहा है कि खेती कानून बहुत वधिया ने, रद्द नहीं होणगे कहा जा रहा आ। तो इस दौरान एम एस पी नूं जिहड़ा कि लिखती रूप च देण दी गल करदे ने, पर वड्डी गल वड्डा सवाल खरीद प्रक्रिया ते खड़ा हो जांदा है, क्योंकि एम एस पी तां पहलां भी 23 फसलां दित्ती जांदी आ, लेकिन उस दे विच सिर्फ 2 फसलां ही जो एम एस पी ते खरीदियां जांदियां ने, चाहे पंजाब दी गल कर लईए चाहे हरियाणा दी गल कर लईए। सो लंच हुंदा, उस तो बाद गल जिहड़ी कि जिथे खड़ी है उत्थों ही शुरुआत हुंदी है, उही गल्लां दुबारा विचारियां जांदियां ने, क्लोज टू क्लोज गल करन दी गल कर लैंदे ने, जां जो पुरानियां गल्लां ने उन्हां ते गलबात करन दी गल करदे ने, तां कुछ भी निकल के सामने नहीं आ रहा। उस तो बाद जदों मीटिंग शुरू हुंदी है तां स्वर्ण सिंह पंधेर जो किसान मजदूर संघर्ष कमेटी तों ने आगू ने, वह एक वॉइस नोट, एक वॉइस मैसेज भेजदे ने, जो तुहानूं सुनाउणे आ, जिस विच स्पष्ट किया गया है कि
नवा कुछ भी नहीं हो रहा जिथे गल खड़ी है उथे ही है। मीटिंग में कुछ भी नहीं है भाई साहब, जहां पर गल बात खड़ी वहां पर ही खड़ी है। सो उन्हां दा स्पष्ट कहना है, ये वॉइस नोट अंदरों आ रहे ने जो मीटिंग दे विच शामिल ने, उन्हां दा कहना है कि मीटिंग दे विच कुछ भी नहीं है, जिथे गल पहलां दी खड़ी सी उथे ही गल दोबारा शुरुआत की जा रही है, उही गल्लां दोबारा छेड़ियां जा रही ने। सो हुण किसानों मनाने की गल हुंदी सी, बेशक ये कहा जाता सी नरेंद्र तोमर ये कहिंदे सी कि असीं किसानों मना लवांगे चार तरीक नूं, किस तरीके नाल मनाउण दी गल करदे सी। स्पष्ट हो रहा है कि किसानों नूं ये कहा जा रहा कि खेती कानून रद्द नहीं होणगे, किसानों दीआं जो असल मंगां ने उहनां ते चर्चा नहीं की जा रही, वो मंगा नहीं मनिया जा रही, सगों उन्होंने पाठ पढ़ाया जा रहा है। जेकर जोगिंद्र सिंह राहां दे बयान की गल करिए, उन्होंने पाठ पढ़ाया जा रहा खेती कानून लाहेवंद ने, तो खेती कानूनों जिहड़ा कि MSP गरंटी देने की गल की जा रही है, जो वार वार गल्लां कीतियां जा रही हैं। सो असीं यह गल कर लई कि सरकार का जां किसानां दे विचाले पेच फस चुकिया आ, तो पेच हुण किस तरीके निकलता आ, की इहदे विचों निकलता आ, अज्ज दी मीटिंग बेसिटा लगती है। तो उत्तों मौसम की गल कर लईए तां बेशक मौसम नवीं चुनौतियां लैके सामने खड़ा हुंदा नज़र आ रहा, तो संघर्ष किवें अगे वधेगा जरूर देखने वाला होगा। पल पल की खबर तुहाडे तक पहुँचाते रहांगे, तुसीं इस तरह स्पोक्समैन TV नाल जुड़े रहो। मैं सरकाब अपने सहयोगी जस्सी दे नाल रोज़ाना स्पोक्समैन विज्ञान भवन दिल्ली।